ਦੇਸ਼ਾਂ ਤੋਂ ਵੀ ਬਾਹਰ ਵਿਦੇਸ਼ਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਆਗਮਨ ਤੋਂ ਸਾਰੀਆਂ ਸੰਤਾਂ ਨੂੰ ਜੋ ਵਧਾਈ ਹੈ ਜੋ ਇੱਥੇ ਜੋ ਅਰੰਭ ਅਖੰਡ ਜਵਾਨ ਸਿੰਘ ਜੀ ਮਹਾਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਰੇ ਜੋ ਗੱਲ ਕਰੀ ਉਹ ਪਤਾ ਕਰ ਸਕੇ ਜੋ ਆਪ ਅਧੂਰਾ ਹੈ ਜਿਨ੍ਹਾਂ ਦਾ ਆਪ ਜੀ ਪੂਰਾ ਨਹੀਂ ਉਹ ਬਾਬਾ ਦੀਪ ਸਿੰਘ ਦੀ ਗੱਲ ਕਿੱਥੋਂ ਕਰ ਸਕੇ ਬਾਬਾ ਦੀਪ ਸਿੰਘ ਜੀ 80 ਸਾਲ ਦੀ ਉਮਰ ਅੰਦਰ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲੈਂਦੇ ਹੋਏ ਜਮਾਲ ਖਾਨ ਦੇ ਅਤੇ ਅਮਾਲ ਖਾਨ ਦੇ ਤੈਮੂਰ ਦੇ ਟੋਟੇ ਕਰਦੇ ਹੋਏ ਹਰਿਮੰਦਰ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਵਾਉਣ ਲਈ 80 ਸਾਲ ਦੀ ਉਮਰ ਅੰਦਰ 2 ਤਾਰੀਖ ਖੰਡਾ 18 ਸਿਰ ਦਾ ਖੰਡਾ ਲੈ ਕੇ ਜਲਮ ਦੇ ਉੱਪਰ ਟੁੱਟ ਪਏ ਅਤੇ ਦਰਬਾਰ ਸਾਹਿਬ ਜਾ ਕੇ ਆਪਣਾ ਸੀਸ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭੇਟਾ ਕੀਤਾ। ਅਸੀਂ ਕੋਸ਼ਿਸ਼ ਕਰੀਏ ਬਾਬਾ ਦੀਪ ਸਿੰਘ ਜੀ ਦਾ ਆਗਮਨ ਬਣਾਉਣਾ ਸਾਰੀ ਨੌਜਵਾਨ ਪੀੜ੍ਹੀ ਨੂੰ ਇਹ ਸੋਚਣਾ ਪਵੇਗਾ। ਅਸੀਂ ਇਹ ਝੂਠੇ ਨੂੰ ਰੋਲ ਮਾਡਲ ਬੰਦੇ ਹਾਂ, ਟੀਵੀਆਂ ਵਿੱਚ ਝੂਠੇ ਹੀਰੋ ਨੂੰ ਦੇਖਦੇ ਹਾਂ। ਅਸੀਂ ਆਪਣੇ ਅਣਖੀ ਯੋਧਿਆਂ ਨੂੰ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ, ਮਾਤਾ ਹਰੀ ਸਿੰਘ ਨਲਵਾ ਇਹਨਾਂ ਨੂੰ ਆਪਣਾ ਰੋਲ ਮਾਡਲ ਬਣ ਕੇ ਜੀਵਨ 'ਤੇ ਇਹਨਾਂ ਦੇ ਪਾਏ ਪੂਰਨੇ ਕਿ ਸ਼ਹਿਰ ਨੇ ਬੜਾ ਸੁੰਦਰ ਕਿਹਾ ਹੈ, ਜਿਨਕਾ ਦਿਨ ਬਣਾਉਂਦੇ ਹੋ ਉਨਕਾ ਅਰਸ਼ਾਦ ਵੀ ਬਣਾਈ ਲਿਓ। ਬਾਬਾ ਦੀਪ ਸਿੰਘ ਜੀ ਦੇ ਬਣਾਏ ਪੂਰਨੇ 'ਤੇ ਚੱਲੀਏ ਤਾਂ ਸਾਡਾ ਜੀ ਇਹ ਦਿਨ ਬਣਾਉਣ ਸਭ ਵਧੀਆ ਕਿਹਾ ਜੀ ਜੀਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਬੀਰ ਯੋਧੇ ਦੇ ਜਨਮ ਦਿਨ ਮਨਾ ਰਹੇ ਹੋ, ਜਿਨ੍ਹਾਂ ਦੀ ਜੀਵਨੀ ਆਪ ਜੀ ਨੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਪਾਸੋਂ ਅਤੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਸਾਹਿਬ ਜੀ ਨੇ ਬੜੇ ਵਿਸਤਾਰ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਕੀਤੀ। ਕੋਈ ਸ਼ੱਕ ਨਹੀਂ, ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਸਾਹਿਬ ਇਕਬਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਸਜੇ ਨੇ, ਉਹ ਸਮੇਂ ਜਿਸ ਵੇਲੇ ਇਹ ਜੰਗਾਂ ਚੱਲ ਰਹੀਆਂ ਸਨ, ਕਹਿੰਦੇ ਨੇ ਕਿ ਉਹ ਪਿੰਡ ਤੋਂ ਅੰਮ੍ਰਿਤਸਰ ਤੋਂ ਚੱਲ ਕੇ ਇਹ ਸਾਰਾ ਪਰਿਵਾਰ ਉੱਥੇ ਪੁੱਜਿਆ, ਉੱਥੇ ਖੰਡੇ ਬਾਟੇ ਦੀ ਪਹੁੰਚ ਪ੍ਰਾਪਤ ਕਰਕੇ ਇਹ ਗੁਰੂ ਕੇ ਸਿੰਘ ਸਜੇ ਨੇ। ਮੈਂ ਬੇਨਤੀ ਕਰਾਂ ਕਿ ਇੱਕ ਦ੍ਰਿਸ਼ ਨਾਲ, ਕਹਿੰਦੇ ਨੇ ਕਿ ਜੰਗਾਂ ਸਮਾਪਤ ਹੋਈਆਂ, ਅਨੰਦਪੁਰ ਸਾਹਿਬ ਦੇ ਅੰਦਰ ਦਰਬਾਰ ਸਜੇ ਸਨ, ਬਾਬਾ ਬੰਦਾ ਸਿੰਘ ਜੀ ਬਹਾਦਰ ਉਹ ਖੜੇ ਹੋਏ, ਕਿਉਂਕਿ ਉਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਕੀਤੀ ਬੜੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ। ਸਾਰੀਆਂ ਸੰਤਾਂ ਜਿਹੜੀਆਂ ਸਨ ਉਹ ਹਸ਼ ਹਸ਼ ਕਰ ਉੱਠੀਆਂ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਉਸ ਸਟੇਜ ਤੇ ਪੁੱਜਦੇ ਨੇ, ਬਾਬਾ ਦੀਪ ਸਿੰਘ ਜੀ ਦੀ ਤਾਰੀਫ ਸ਼ੁਰੂ ਕਰਦੇ ਨੇ। ਕਹਿੰਦੇ ਨੇ ਕਿ ਇੱਕ ਪਾਸੇ ਅਧਿਆਤਮਿਕ ਅਵਸਥਾ ਇਹਨਾਂ ਦੀ ਇਸ ਪੱਧਰ ਤੇ ਹੈ ਕਿ ਗੁਰੂ ਪ੍ਰਤੀ ਇਸ ਕਿਸਮ ਦੀ ਸ਼ਰਧਾ, ਇਸ ਕਿਸਮ ਦੀ ਦ੍ਰਿੜਤਾ ਇਹਨਾਂ ਦੇ ਅੰਦਰ ਹੈ। ਦੂਜੇ ਪਾਸੇ ਬਾਣੀ ਦੇ ਇੰਨੇ ਮਾਹਿਰ ਨੇ ਕਿ ਬਾਣੀ ਦੀ ਬਹੁਤ ਵਿਲੱਖਣ ਕਥਾ ਕਰਦੇ ਨੇ। ਤੀਜੀ ਗੱਲ ਕਿ ਇਹ ਬਹੁਤ ਵੱਡੇ ਸੂਰਵੀਰ ਬਹਾਦਰ ਯੋਧੇ ਨੇ, ਇਹਨਾਂ ਦੀਆਂ ਜਿੰਨੀਆਂ ਜੰਗਾਂ ਮੈਂ ਲੜੀਆਂ ਨੇ, ਜਿੱਤੀਆਂ ਨੇ, ਇਹ ਸਾਰੀਆਂ ਜੰਗਾਂ ਦਾ ਸਿਹਰਾ ਜਿਹੜਾ ਹੈ ਇਹ ਬਾਬਾ ਦੀਪ ਸਿੰਘ ਨੂੰ ਦਾ, ਕਿਉਂਕਿ ਇਹਨਾਂ ਦੀ ਰੀਲ ਡਾਲ ਇਹਨਾਂ ਦੀ ਪਰਸਨੈਲਿਟੀ ਨੂੰ ਦੇਖ ਕੇ ਦੁਸ਼ਮਣ ਭੈਭੀਤ ਹੋ ਜਾਂਦਾ ਸੀ। ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਦੀ ਤਾਰੀਫ ਕਰ ਰਹੇ ਨੇ, ਕਹਿੰਦੇ ਇਹਨਾਂ ਦੇ ਹੱਥ ਜੁੜ ਗਏ, ਅੱਖਾਂ ਦੇ ਵਿੱਚੋਂ ਹੰਝੂ ਛਲ ਛਲ ਕਰਨ ਲੱਗ ਪਏ, ਉੱਠ ਕੇ ਖੜੇ ਹੋਏ, ਹੱਥ ਜੋੜ ਕੇ ਅਰਦਾਸ ਕਰਨ ਲੱਗੇ, ਕਹਿਣ ਲੱਗੇ ਇਹ ਤਾਰੀਫ
ਅਸੀਂ ਝੱਤ ਮਾਰੀਏ ਜਦੋਂ ਬਾਬਾ ਦੀਪ ਸਿੰਘ ਜੀ ਦਾ ਜ਼ਮਾਨੀ ਦਾ ਸਮਾਂ ਸੀ ਖੰਡਾ ਖੜਕਾਉਣ ਦਾ। ਬਾਬਾ ਜੀ ਸਰੂਪ ਲਿਖਦੇ ਨੇ ਆਪਣੇ ਹੱਥ ਨਾਲ। ਜਦੋਂ ਬਿਰਧ ਅਵਸਥਾ ਆਈ ਬਾਬਾ ਦੀਪ ਸਿੰਘ ਜੀ ਦੀ, ਉਦੋਂ ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਇਆ ਤੇ ਦੁਸ਼ਮਣਾਂ ਦੇ ਲਹੂ ਲਾਹੀ। ਇਹ ਮਾਨ ਬਖਸ਼ਿਸ਼ ਮੇਰੇ ਕਲਗੀ ਕਰ ਪਾਤਸ਼ਾਹ ਦੀ ਸੀ। ਜਦੋਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਸਰੂਪ ਲਿਖੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ਼ਾਮ ਨੂੰ ਬਾਬਾ ਦੀਪ ਸਿੰਘ ਕਥਾ ਕਰਦੇ ਉਹਨਾਂ ਦਾ ਇਤਨਾ ਨਰੂਣੀ ਚਿਹਰਾ, ਇਤਨੀ ਮਾਣ ਬਖਸ਼ ਗੁਰੂ ਪਾਤਸ਼ਾਹ ਦੀ, ਗੁਰਕਲਗੀ ਘਰ ਪਾਤਸ਼ਾਹ ਜੀ। ਬਾਬਾ ਬੰਦਾ ਸਿੰਘ ਬਹਾਦਰ ਸੰਗਤ ਵਿੱਚ हमारे साथ है हरदीप सिंह जी। अच्छा हरदीप सिंह जी, आप हमें बताएं कि आपके नौजवानों ने आपने प्रसाद और चाय का यहाँ पे लंगर लगाया है, किस बारे में लगाया है? वाहेगुरु जी का खालसा, वाहेगुरु जी की फतेह। असि जो आज चाय का लंगर लाया है इतने संत धन श्री बाबा दीप सिंह जी ने प्रकाश उत्सव के करके लगाया है। बाबा दीप सिंह जी प्रकाश उत्सव की असि सारी संगत को लख लख बधाई देने। वाहेगुरु जी का खालसा, वाहेगुरु जी की फतेह।